वाहेगुरु जी का खालसा वाहेगुरु जी की फतेह। मैं बिट्टू मल्लन छोटा छोटा वीर वीडियो वध तो वध लाइक ते शेयर करो। वेखो इहो जे मौसम च साडे किसान भरा खाणा बना रहे ने, तां चक्कियो वीरे तां नेरी तो बचा के माड़ा जिहा रखियो। वेखो साडे किसान वीर जो दिल्ली दीआं बरूहां ते बैठे वो इहो जे मौसम दे विच अपना रोटी दा जो खाना दाल वगैरह सब्जी रोटी वगैरह वो बना रहे ने। ते टिकरी बार्डर दिल्ली किसान साढ़े बापू 75-75 साल दे वेखो अज मोर्चे दे विच डटे आ। ये कुरबानियां जिहड़ियां 6-6 महीनों तो इत्थे दित्तियां इहो जे मौसमां दे विच तूफानां दे विच बेअर्थियां नहीं जाणगियां। ते बाहर सानूं भी मौसम बहुत ही खराब आ, 72 घंटिआं दे विच जो दस्सिआ गिआ भी मौसम खराब हो सकदा। असीं टिकरी बॉर्डर ते बैठे हाँ, पुल दे उपर ऊंचाई देख सकते हो थले तुसीं। ते मौसम वगैरह किसान भीर साढ़े जो रोटी बाहर बना रहे हैं इहो जे हालातों दे विच गुजर रहे हैं। ते नरेंद्र मोदी आदा भारत दे अच्छे दिन आ गए। मैं 2014 च जदों आया कहिंदा मैं हिंदुस्तान दे अच्छे दिन लिया दूँ, घर घर दे विच गड्डी खिलार दूँ, काला धन वापस लिया दूँ, 2 करोड़ साल दीआं नौकरियां दे दूँ। ते आ अच्छे दिन आए आ, अज हिंदुस्तान दा इंसान जो रोटी दी खातर आपदे मोर्चिआं ते बैठा, जो आपदी रोटी खातर बैठा वो अज इहो जे मोर्चिआं दे विच डटिआ होइआ, अज आपदे हक्कां लई इहो जे दुखां दा सामना कर रिहा। इहो जे मौसमां दे विच ये किसान ने ਉਹ ਮਾਘ ਦੀਆਂ ਰਾਤਾਂ ਜਿਵੇਂ ਖੇਤਾਂ ਦੇ ਵਿੱਚ ਵੀ ਹਟਾਈਆਂ ਅਤੇ ਇੱਥੇ ਵੀ ਹਟਾਈਆਂ ਨੇ, ਉਹ ਮਾਘ ਦੀਆਂ ਰਾਤਾਂ ਜੇਠ-ਹਾੜ੍ਹ ਦੇ ਮਹੀਨੇ ਅਤੇ ਤੂਫਾਨ ਝੱਖੜ ਝੋਲੇ ਸਭ ਇੱਥੇ ਹਟਾਏ ਆ। ਸਾਡੇ ਬਾਪੂ ਬੈਠੇ ਆ 75-75 ਸਾਲ ਦੇ। ਕਿੰਨੀ ਉਮਰ ਆ ਬਾਪੂ ਤੁਹਾਡੀ? 65 ਸਾਲ। ਜਿਨ੍ਹਾਂ ਦੀ ਉਮਰ ਘਰਾਂ 'ਚ ਆਰਾਮ ਕਰਨ ਦੀ ਆ ਉਹ ਇਸ ਟਾਈਮ ਦਿੱਲੀ ਦੀਆਂ ਬਰੂਹਾਂ 'ਤੇ, ਅਤੇ ਇਹੋ ਜਿਹੇ ਮੌਸਮਾਂ ਦੇ ਵਿੱਚ ਆਪਣੇ ਹੱਕ ਅਤੇ ਸੱਚ ਦੀ ਲੜਾਈ ਲੈਣ ਅਤੇ ਆਉਣ ਵਾਲੀਆਂ ਨਸਲਾਂ ਅਤੇ ਫਸਲਾਂ ਨੂੰ ਬਚਾਉਣ ਵਾਸਤੇ ਆਏ ਹੋਏ ਨੇ। ਅਤੇ ਟਿੱਕਰੀ ਬਾਰਡਰ ਜਿਵੇਂ ਕੁਛ ਦਿਨ ਪਹਿਲਾਂ ਵੀ ਮੌਸਮ ਬਹੁਤ ਖਰਾਬ ਸੀ, ਰਾਤ ਦੇ 1:30 ਵਜੇ ਹਨੇਰੀ ਤੂਫਾਨ ਆਇਆ ਸੀ, ਅੱਜ ਵੀ ਮੌਸਮ ਕਾਫੀ ਖਰਾਬ ਦੱਸਿਆ ਜਾ ਰਿਹਾ। ਜੋ ਕੈਂਪਾਂ ਦੇ ਵਿੱਚ ਆਪੋ ਆਪਣੇ ਘਰ ਬਣਾਏ, ਦੂਰੀਆਂ ਠੀਕ ਕੀਤੇ ਕਿਸਾਨ ਭਰਾਵਾਂ ਨੇ ਜੋ ਇਸ ਮੋਰਚੇ 'ਚ ਡਟੇ ਆ, ਅਤੇ ਪਰ ਇਹ ਕੁਰਬਾਨੀਆਂ ਤੁਹਾਡੀਆਂ ਬੇਅਰਥੀਆਂ ਨਹੀਂ ਜਾਣਗੀਆਂ ਕਿਸਾਨ ਭਰਾਵਾਂ। ਅਤੇ ਜਿਹੜੇ 6 ਮਹੀਨਿਆਂ ਤੋਂ ਤੁਸੀਂ ਆਪਣੇ ਸਰੀਰਾਂ ਦੇ ਉੱਤੇ ਦੁੱਖ ਸੁੱਖ ਹੰਢਾਏ ਆ, ਠੰਡਾਂ ਸਰਦੀਆਂ ਹਨੇਰੀਆਂ ਤੂਫਾਨ ਮੀਂਹ ਝੱਖੜ ਝੋਲੇ ਇਹ ਸਰੀਰ 'ਤੇ ਹੰਢਾਏ ਆ, ਇਹ ਆਪਾਂ 3 ਖੇਤੀ ਕਾਲੇ ਕਾਨੂੰਨ ਇੱਕ ਨਵਾਂ ਭਾਰਤ ਬਣਾ ਕੇ ਨਿਕਲਾਂਗੇ। ਇਹ ਤੁਹਾਡੀਆਂ ਕੁਰਬਾਨੀਆਂ ਬੇਅਰਥੀਆਂ ਨਹੀਂ ਜਾਣਗੀਆਂ। ਇਹ ਜਿਹੜੇ ਭਾਰਤ ਨੂੰ ਲੁੱਟ ਰਹੇ ਨੇ, ਅਤੇ ਅੱਜ ਇਹ ਵੋਟ ਰਾਜ ਆਪਾਂ ਸਿਆਸੀ ਲੀਡਰਾਂ ਦੇ ਸ਼ਿਕਾਰ ਹੁੰਦੇ ਆਏ ਹਾਂ, ਜੋ ਇੱਥੇ ਅਸੀਂ ਮੁੜ ਕੇ ਸੜਕਾਂ 'ਤੇ ਰੁਲਦੇ ਰਹਿ ਜਾਂਦੇ ਹਾਂ। ਆਹ ਸਾਡੇ ਬਾਪੂ ਭਾਗਸਰ ਤੋਂ ਜ਼ਿਲ੍ਹਾ ਮੁਕਤਸਰ ਤੋਂ ਆਪਣੇ ਕੈਂਪਾਂ ਦੇ ਵਿੱਚ ਬੈਠੇ ਆ, ਪੂਰਾ ਆਪਦਾ ਪ੍ਰਬੰਧ ਵਗੈਰਾ ਕੀਤਾ ਹੋਇਆ। ਘਰ ਕਈਆਂ ਦੇ ਪਿਛਲੇ ਦਿਨੀ ਢਾਏ ਵੀ ਗਏ ਸੀ, ਅੱਜ ਵੀ ਮੌਸਮ ਬਹੁਤ ਖਰਾਬ ਆ ਅਤੇ ਦੱਸਿਆ ਜਾ ਰਿਹਾ। ਅਤੇ ਇਹੋ ਜਿਹੇ ਹਾਲਾਤਾਂ ਦੇ ਵਿੱਚ ਡਟੇ ਹੋਏ ਆ ਵੀਰੇ। 2 ਮਿੰਟ ਕੈਮਰਾ ਲਾਇਓ ਸਾਰਿਆਂ 'ਤੇ, ਮੈਂ ਬੋਲਦੇ ਹਾਂ। ਮੈਂ ਛੋਟਾ ਵੀਰ ਬਿੱਟੂ ਮੱਲਣ, ਮੇਰੇ ਨਾਲ ਨੇ ਸਾਡੇ ਬਾਪੂ ਭਰਾਵੋ। ਜਿੰਨਾ ਚਿਰ ਆਹ ਵੋਟ ਰਾਜ ਸਿਆਸੀ ਲੀਡਰਾਂ ਤੋਂ ਆਪਾਂ ਉੱਪਰ ਉੱਠ ਕੇ ਨਹੀਂ ਆਉਂਦੇ, ਉਹਨਾਂ ਚਿਰ ਆਪਾਂ ਤਰੱਕੀ ਦੇ ਰਾਹ 'ਤੇ ਕਿਤੇ ਨਹੀਂ ਆਉਂਦੇ, ਨਾ ਤਰੱਕੀ ਅੱਜ ਕਰ ਸਕੀਏ ਅਤੇ ਨਾ ਕੱਲ੍ਹ। ਮੁੜ ਕੇ ਜਦੋਂ ਅਸੀਂ ਸਿਆਸੀ ਪਾਰਟੀਆਂ ਅਤੇ ਸਿਆਸੀ ਲੀਡਰਾਂ ਦਾ ਜਦੋਂ ਸ਼ਿਕਾਰ ਹੁੰਦੇ ਹਾਂ, ਤਾਂ ਉਦੋਂ ਸਾਨੂੰ ਇਹੋ ਜਿਹੇ ਹਾਲਾਤਾਂ ਦਾ ਸਾਹਮਣਾ ਕਰਨਾ ਪੈਂਦਾ। ਇਸ ਕਰਕੇ ਇਹ ਅੰਦੋਲਨ ਬਹੁਤ ਵੱਡਾ, ਅਤੇ ਬਾਹਰ ਨੂੰ ਆ ਜਾਓ ਵੀਰੇ, ਮੌਸਮ ਬਹੁਤ ਖਰਾਬ ਆ। ਇਹ ਆਪਣੀ ਬੇਅਰਥੀ ਕਮਾਈ ਨਹੀਂ ਜਾਵੇਗੀ, ਇਹ ਆਪਾਂ ਜਿਹੜੀ ਕਮਾਈ ਆ ਕਰ ਰਹੇ ਹਾਂ ਇਹੋ ਜਿਹੇ